ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਉਹ ਤਾਂ ਬੋਲਦੀ ਰੁਕ ਗਿਆ ਅੱਜ, ਅਤੇ ਅੱਜ ਮੈਂ ਮਨੀ ਪਲਾਂਟ 'ਤੇ ਵਲੋਗ ਬਣਾਉਣਾ, ਕਿਉਂਕਿ ਹਰੇਕ ਕਹਿੰਦਾ ਨਾ ਜਿਹੜੀ ਉਤਲਾ ਮਨੀ ਪਲਾਂਟ ਹੈ ਇਹ ਅੱਡਦਾ, ਇਹ ਅੱਡ ਦੀ ਵੱਲ ਹੈ, ਇਹ ਅੱਡ ਦੀ ਵੱਲ ਹੈ ਨਹੀਂ ਭਰਾਵੋ ਭੈਣੋ। ਇਹ ਇੰਨਾ ਇਸ ਖਾਤਰ ਫੈਲ ਰਿਹਾ, ਵਾਹਵਾ ਜਗ੍ਹਾ 'ਚ ਫੈਲ ਰਿਹਾ ਵੈ, ਇਹ ਇਸ ਖਾਤਰ ਫੈਲ ਰਿਹਾ। ਇਹਨੂੰ ਨਾ ਅਸੀਂ ਡਸਟਬਿਨ ਪਾਈ ਸੀਗੀ, ਅੱਧੀ ਗੋਲੀ ਪਾਈ ਹੈ ਖਣੀ, ਇਹ ਬਾਹਲਾ ਇਸ ਖਾਤਰ ਇੱਕ ਪਾਈ ਹੈ। ਜੇ ਤੁਹਾਡੇ ਗਮਲੇ 'ਚ ਉਸ ਦੋ ਅੱਧੇ ਤੋਂ ਵੀ ਅੱਧੇ ਤੋਂ ਤੀਜਾ ਹਿੱਸਾ ਪਾਉਣਾ, ਇਸ ਖਾਤਰ ਇੰਨਾ ਫੈਲ ਰਿਹਾ। ਇਹ ਬਹੁਤ ਵਧੀਆ ਚੱਲ ਜਾਂਦਾ ਡਸਟਬਿਨ ਨਾਲ, ਅਸੀਂ ਮਹੀਨੇ ਕੁ ਬਾਅਦ ਪਾ ਦਿੰਦੇ ਹਾਂ। ਅਤੇ ਹੁਣ ਮੈਂ ਦਿਖਾਉਂਦੀ ਹਾਂ, ਇਹਦੇ ਪੱਤੇ ਐਡੇ ਵੱਡੇ ਕਾਹਤੋਂ ਹੈ, ਇਹਨੇ ਨਾ ਕੰਧ 'ਚ ਜੜ੍ਹਾਂ ਪਾ ਲੀਆਂ, ਇਸ ਖਾਤਰ ਇਹਦੇ ਐਡੇ ਵੱਡੇ ਪੱਤੇ ਆ। ਇੱਥੋਂ ਸਟਾਰਟ ਹੋਇਆ, ਇੱਥੇ ਮੀਡੀਅਮ 'ਚ ਪੱਤੇ ਬਣ ਜਾਂਦੇ ਆ ਐਡੇ ਐਡੇ ਕੇ, ਫਿਰ ਉਦੋਂ ਮੁੜ ਕੇ ਵੱਡੇ ਬਣ ਜਾਂਦੇ ਆ। ਮੈਂ ਜੜ੍ਹਾਂ ਦਿਖਾਉਂਦੀ ਹਾਂ, ਜਮ੍ਹਾਂ ਇਹਨਾਂ ਵਿੱਚ ਪਾ ਰੱਖੀਆਂ। ਇਹ ਆ ਗੜੋਏ ਵਰਗੀ ਲੱਗਦੀ ਹੈ ਜਿਹੜੀ ਚੀਜ਼, ਇਹ ਆਹ ਵਾਲੀ ਬਲ, ਆਹ ਵਾਲੀ ਡਾਹਣੀ ਐਂ ਥੱਲੋਂ ਆਈ ਵੀ ਹੈ, ਇੱਥੇ ਜਾ ਕੇ ਐਡੀ ਮੋਟੀ ਹੋ ਗਈ ਨਾ, ਇੱਥੇ ਮੀਡੀਅਮ ਜੀ ਆ। ਫੋਨ 'ਚ ਵਾਲਾ ਨਹੀਂ ਪਤਾ ਲੱਗਦਾ, ਉਹ ਮੈਂ ਕੋਈ ਹੋਰ ਨਹੀਂ ਲਾਈ। ਕੋਈ ਲੋਕ ਕਹਿੰਦੇ ਦੁੱਧ 'ਚ ਪਾਣੀ ਪਾਈਦਾ ਹੁੰਦਾ, ਐਵੇਂ ਪਾਈਦਾ ਹੁੰਦਾ, ਪਰ ਨਹੀਂ, ਅਸੀਂ ਤਾਂ ਇਹਨੂੰ ਸਿੱਧਾ ਸਿੰਪਲ ਪਾਣੀ ਪਾਉਂਦੇ ਹਾਂ, ਸਿੱਧਾ ਹੀ ਚੱਲ ਜਾਂਦਾ। ਅਤੇ ਕਾਹ ਦੇਖ ਲਓ, ਉਹੀ ਖਾ ਕੇ ਵੀ ਸਿੱਟੇ ਸੀਗੇ ਐਡੇ ਐਡੇ ਹੋ ਗਏ, ਹੁਣ ਤੁਸੀਂ ਵੀ ਸਿੱਟ ਦਿਆ ਕਰੋ, ਤੇਰਾ ਪੇਅਰ ਹੀ ਚੱਲਦਾ। ਮੈਂ ਤਾਂ ਜਿਹੜੇ ਫਲਾਂ ਫੁੱਲਾਂ ਦੇ ਬੀਜ ਹੁੰਦੇ, ਜਿਵੇਂ ਜਾਮਣਾਂ ਦੇ ਹੁੰਦੇ, ਮੈਂ ਇਕੱਠੇ ਇਕੱਠੇ ਕਰਕੇ ਨਾ ਸਾਰੇ ਜਿਵੇਂ ਸੜਕ ਦੇ ਪਾਸੇ 'ਤੇ ਜਿਹੜੀਆਂ ਥਾਵਾਂ ਲੱਗੀਆਂ ਹੁੰਦੀਆਂ ਨਾ, ਉੱਥੇ ਦੂਰ ਦੂਰ ਤੱਕ ਸਿੱਟ ਦਿੰਦੀ, ਆਪ ਹੀ ਉੱਘ ਅੱਗੇ ਆਉਂਦੇ ਆ, ਪਰ ਕੋਈ ਪੱਟ ਵੀ ਦਿੰਦਾ ਪਤਾ ਨਹੀਂ, ਬਸ ਉੱਘੇ ਆਉਂਦੇ ਆ। ਤੁਸੀਂ ਐਂ ਕਰਿਆ ਕਰੋ, ਖਾ ਖੂ ਕੇ ਬੀਜ ਸੜਕ ਦੇ ਆਸੇ ਪਾਸੇ ਸਿੱਟ ਦਿਆ ਕਰੋ, ਆਪ ਹੀ ਬੂਟੇ ਹੀ ਕਹਿੰਦੇ ਆ, ਬੂਟੇ ਹੋ ਜਾਣਗੇ, ਹੋਣਾ ਹੋਇਆ ਤਾਂ ਹੋ ਜਾਣਗੇ, ਨਹੀਂ ਤਾਂ ਨਾ ਸਹੀ। ਅਤੇ ਇਹਨਾਂ ਦੋਵਾਂ ਦਾ ਪੇਅਰ ਚੱਲਦਾ ਵੀ, ਜਿਵੇਂ ਦੋ ਲੱਗੇ ਹੋਣ ਫਿਰ ਹੀ ਚੱਲਦੇ, ਜੇ ਇਕੱਲਾ ਲੱਗਿਆ ਹੋਵੇ ਨਾ ਫਿਰ ਨਹੀਂ ਚੱਲਦੇ। ਇੱਥੇ ਤਿੰਨ ਲੱਗੇ ਹੋਏ ਸੀਗੇ, ਹੁਣ ਇਹਨੂੰ ਪਤਾ ਨਹੀਂ ਕੀ ਹੋਣ ਲੱਗ ਗਿਆ, ਠੰਡ ਕਰਨਾ ਇਹ ਹੋ ਜਾਂਦਾ ਐਵੇਂ, ਇਹਨੂੰ ਬਾਹਲੀ ਠੰਡ ਨਹੀਂ ਲੱਗਦੀ, ਇਸ ਖਾਤਰ ਇੰਨੀ ਵਾਰ ਰਹਿ ਗਿਆ। ਇਹ ਗਰਮੀ 'ਚ ਚੱਲ ਜੂਗਾ, ਫਿਰ ਉਹ ਗਰਮੀ 'ਚ ਖੜ ਜੂਗਾ, ਇਹ ਐਵੇਂ ਹੁੰਦਾ। ਇਹਨੂੰ ਵੀ ਅਸੀਂ ਪਿਛਲੀ ਵਾਰ ਨਾ ਬਰਕੈਨ ਨੂੰ ਪਾਉਣੀ ਭੁੱਲ ਗਏ ਸੀ ਡਸਟਬਿਨ, ਸਾਨੂੰ ਲੱਗਿਆ ਪਤਾ ਨਹੀਂ ਕੀ ਹੋ ਗਿਆ ਵੀ ਸਾਰੀਆਂ ਦੀਆਂ ਨਿੰਮਾਂ ਖਰਾਬ ਹੋਣ ਲੱਗ ਗਈਆਂ, ਖਣੀ ਤਾਂ ਹੀ ਹੋ ਗਿਆ। ਫਿਰ ਅਸੀਂ ਪਾਤੀ, ਪਿਛਲੇ ਸਾਲ ਨਹੀਂ ਪਾਈ ਸੀ, ਇਸ ਸਾਲ ਪਾਈ ਹੈ, ਇਸ ਖਾਤਰ ਪੂਰੀ ਭਰ ਗਈ ਸੀਗੀ। ਮੈਂ ਵੀ ਦੱਸਿਆ ਨਾ ਵੀ ਇੱਕ ਗੋਲ ਇੱਕ ਗੋਲੀ ਡਸਟਬਿਨ ਦਾ ਤੀਜਾ ਹਿੱਸਾ ਪਾਉਣਾ, ਕਿਤੇ ਮੇਰੀ ਮਾਮੀ ਜੀ ਵਾਲੀ ਨਾ ਕਰਿਓ। ਮੇਰੀ ਮਾਮੀ ਜੀ ਨੇ ਨਾ ਇੱਕ ਗਮਲੇ 'ਚ ਇੱਕ ਪੂਰਾ ਪਾਤਾ, ਉਹਨੇ ਨਾ ਅਗਲੇ ਦਿਨ ਹੀ ਦੋ ਤਿੰਨ ਪੱਤੇ ਇਕੱਠੇ ਹੀ ਕੱਢ ਤੇ, ਤੀਜੇ ਚੌਥੇ ਦਿਨ ਮੱਚ ਹੀ ਗਿਆ। ਕਈਆਂ ਨੂੰ ਲੱਗਦਾ ਵੀ ਇਹ ਚੋਰੀ ਕਰਕੇ ਮਨੀ ਪਲਾਂਟ ਬਾਹਲਾ ਚੱਲਦਾ, ਪਰ ਨਹੀਂ, ਸਾਡੇ ਘਰੋਂ ਨਾ ਬਹੁਤ ਲੋਕ ਚੋਰੀ ਕਰਕੇ ਲੈ ਕੇ ਆਉਂਦੇ ਸੀਗੇ, ਵੀ ਅਸੀਂ ਤਾਂ ਪਾਸੇ ਜਾਂਦੇ ਸੀ, ਉਹ ਚੋਰੀ ਕਰਕੇ ਲੈ ਜਾਂਦੇ ਸੀਗੇ, ਪਰ ਉਹਨਾਂ ਦਾ ਫਿਰ ਵੀ ਨਹੀਂ ਚੱਲਦਾ ਸੀ, ਉਹ ਫਿਰ ਸਾਡੇ ਤੋਂ ਆਪ ਮੰਗ ਕੇ ਲੈ ਕੇ ਜਾਂਦੇ ਸੀਗੇ, ਵੀ ਕਿੱਥੋਂ ਹੀ ਲੈਣਾ, ਉਹ ਅੱਗੋਂ ਅੱਗੋਂ ਹੀ ਲੈ ਲੈਂਦੇ ਸੀਗੇ। ਅਤੇ ਇਹ ਬੋਟਲ 'ਚ ਵੀ ਬਹੁਤ ਵਧੀਆ ਲੱਗਦਾ, ਕਈ ਤਾਂ ਗਲਾ ਦੂਜੇ ਹੀ ਤੋੜ ਕੇ ਲੈ, ਕਈ ਸਾਡੇ ਨਾਲ ਗਲੋਬ ਲੱਗੀ ਹੁੰਦੀ ਸੀਗੀ, ਉਹ ਗਲੋਬ ਹੀ ਤੋੜ ਕੇ ਲੈ ਜਾਂਦੇ ਸੀਗੇ, ਪਤਾ ਲੱਗਦਾ ਨਹੀਂ ਸੀ। ਇਹ ਬੋਟਲ 'ਚ ਵੀ ਬਹੁਤ ਸੋਹਣਾ ਲੱਗਦਾ ਜੀ, ਬੋਟਲ 'ਚ ਤੁਹਾਡੇ ਲੱਗਿਆ ਹੋਇਆ ਤਾਂ ਬੋਟਲ 'ਚ ਵੀ ਡਸਟਬਿਨ ਪਾ ਦਿਉ, ਉਹ ਵੀ ਜਮ੍ਹਾਂ ਮਾੜੀ ਜੀ। ਮੇਰੇ ਅਕੋਰਡਿੰਗ ਇਹ ਕੱਚੀ ਲੱਸੀ ਨਾਲ ਨਹੀਂ ਚੱਲਦਾ, ਪਰ ਕੋਈ ਪਾਉਂਦੇ ਆ ਕੀ ਪਤਾ ਉਹਨਾਂ ਚੱਲ ਪੈਂਦਾ ਹੋਵੇ, ਤੁਸੀਂ ਵੀ ਪਾ ਕੇ ਦੇਖ ਲਓ ਜੀ, ਲੱਸੀ ਪਾ ਲਿਆ ਕਰੋ ਪਾਣੀ ਦੀ ਜਗ੍ਹਾ, ਡਸਟਬਿਨ ਤਾਂ ਪਾਉਣੀ ਪਾਉਣੀ ਆ ਜੇ ਮਨੀ ਪਲਾਂਟ ਚਲਾਉਣਾ ਤਾਂ। ਮੈਂ ਇਹਦੀ ਬਹੁਤ ਸੰਭਾਲ ਰੱਖਦੀ ਹਾਂ, ਇਹਦੇ ਨਾ ਖੱਟੇ ਖੱਟੇ ਪੱਤੇ ਹੁੰਦੇ ਨਾ, ਮੈਂ ਕੋਈ ਵੀ ਗਲਿਆ ਪੱਤਾ ਨਹੀਂ ਰਹਿਣ ਦਿੰਦੀ। ਆਹ ਹੁਣ ਆ ਬਸ ਵੀਡੀਓ ਬੰਦ ਕਰਕੇ ਆਹ ਲਾਹ ਦੇਣਾ ਯੈਲੋ ਜਿਹਾ ਪੱਤਾ, ਅਤੇ ਇੱਥੇ ਇਹਦੇ ਇੰਨੇ ਸੜੇ ਪਏ, ਮੈਨੂੰ ਇੰਨਾ ਹੋਰ ਰੁੰਝਾ ਹੁੰਦਾ ਨਾ ਜਿਵੇਂ ਇਹਨੂੰ ਐਂ ਕੀਤਾ, ਜੜਦੇ ਜਿਵੇਂ ਉਤਰ ਜਾਂਦਾ। ਜੇ ਇਹਨੂੰ ਤੋੜਦੀ ਹੈ ਤਾਂ ਉਹ ਵਿਚਾਰਾ ਪਪੀਤਾ ਜਿਹੜਾ ਪੱਕਿਆ ਪਿਆ ਉਹ ਥੱਲੇ ਹੁੰਦਾ, ਇਸ ਖਾਤਰ ਮੈਂ ਨਾ ਲਾਉਂਦੀ ਨਹੀਂ ਆ ਗੰਦੇ ਪੱਤੇ। ਹੁਣ ਉਹ ਪਪੀਤਾ ਪੱਕ ਗਿਆ, ਮੈਂ ਹੁਣ ਨਾ ਪਪੀਤੇ ਘਰ ਦੇ ਬੜੇ ਵਧੀਆ ਲੱਗਦੇ ਆ, ਇਹਨਾਂ ਵਿੱਚ ਨਾ ਘੱਟੋ ਘੱਟ ਵੀ ਨਿਕਲਦੇ ਆ। ਮੈਂ ਫਿਰ ਨਾ ਜਦੋਂ ਪਹਿਲਾਂ ਪਪੀਤਾ ਹੋਇਆ ਸੀ ਨਾ ਇਹਦਾ, ਉਦੋਂ ਮੈਂ ਪਤਾ ਕੀ ਕੀਤਾ, ਇਹ ਜਿਹੜਾ ਪਹਿਲਾਂ ਬੀਜ ਸੀਗੇ ਨਾ ਮੈਂ ਇੱਥੇ ਸਿੱਟਦੇ, ਮੈਂ ਇੱਥੇ ਵੀ ਹੋ ਜਾਣੀ, ਆਹ ਹੋ ਗਿਆ, ਐਵੇਂ ਹੋ ਜਾਂਦੇ ਆ ਪਪੀਤਾ, ਇਹ ਚੱਲਣਾ ਨਹੀਂ ਜ਼ਿਆਦਾ।
क्योंकि इकला ही है। इन पट के खेत ला देंगे जे दो हो गए तो।